ਪਿਆਰੀ ਸਤਸੰਗ ਜੀ, ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਅੰਗ ਨੰਬਰ 872 'ਤੇ ਅਸੀਂ ਪੜ੍ਹਦੇ ਹਾਂ, ਪਾਠ ਕਰਦੇ ਹਾਂ, ਸਾਨੂੰ ਉੱਥੋਂ ਇਹ ਪ੍ਰਾਪਤ ਹੁੰਦਾ ਹੈ। ਰਾਗ ਗੌਂਡ ਵਿੱਚ ਇਹ ਕਬੀਰ ਸਾਹਿਬ ਜੀ ਦੀ ਬਾਣੀ ਦਾ ਸ਼ਬਦ ਹੈ। ਰਾਗ ਦੇ ਤਾਲ ਦੀ ਪਿੱਚ ਘਰ ਦੂਜਾ ਵਿੱਚ ਇਸ ਨੂੰ ਗਾਇਨ ਕੀਤਾ ਜਾਂਦਾ। ਬਾਣੀ ਦੇ ਬਾਰੇ ਅਸੀਂ ਸਭ ਜਾਣਦੇ ਹਾਂ ਕਿ ਬਾਣੀ ਦੇ ਵਿੱਚ ਜਿਹੜੇ ਸ਼ਬਦਾਂ ਵਿੱਚ ਰਹਾਉ ਮਿਲਦਾ ਹੈ, ਉਸ ਸ਼ਬਦ ਦਾ ਉੱਥੇ ਸੈਂਟਰਲ ਆਈਡੀਆ ਹੁੰਦਾ ਹੈ। ਜੇਕਰ ਰਹਾਉ ਨੂੰ ਠੀਕ ਤਰੀਕੇ ਨਾਲ ਸਮਝ ਲਈਏ ਤਾਂ ਸਾਨੂੰ ਸ਼ਬਦ ਦਾ ਭਾਵ ਅਰਥ, ਸ਼ਬਦ ਕਿਸ ਸਬਜੈਕਟ ਬਾਰੇ ਫੋਕਸਡ ਹੈ, ਉਹ ਸਾਨੂੰ ਉੱਥੋਂ ਸਮਝ ਪੈਣੀ ਸ਼ੁਰੂ ਹੋ ਜਾਂਦੀ ਹੈ। ਇਹ ਢੰਗ ਗੁਰੂ ਪਾਤਸ਼ਾਹ ਜੀ ਦੀ ਬਾਣੀ ਨੂੰ ਰਚਣ ਦਾ ਸਾਨੂੰ ਗੁਰੂ ਗ੍ਰੰਥ ਸਾਹਿਬ 'ਚੋਂ ਪ੍ਰਾਪਤ ਹੁੰਦਾ ਹੈ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਹ ਟੈਕਨੀਕ ਵਰਤੀ ਗਈ ਹੈ। ਰਾਤ ਨੂੰ ਅਸੀਂ ਸ਼ਬਦ ਪੜ੍ਹਿਆ ਸੀ, ਉਹਦੇ ਵਿੱਚ ਟੈਕਨੀਕ ਸੀ ਕਿ ਜੇ ਪੌੜੀ ਹੋਵੇ ਤਾਂ ਪੌੜੀ ਦੇ ਨਾਲ ਸ਼ਲੋਕ ਪੜ੍ਹਨੇ ਲਾਜ਼ਮੀ ਹਨ ਤਾਂ ਕਿ ਸਬਜੈਕਟ ਸਮਝ ਆ ਸਕੇ। ਹਾਲਾਂਕਿ ਪੌੜੀ ਦੀ ਜਿਹੜੀ ਆਖਰੀ ਪੰਕਤੀ ਹੁੰਦੀ ਹੈ ਉੱਥੇ ਉਸਦਾ ਭਾਵ ਅਰਥ ਦੱਸਿਆ ਹੁੰਦਾ ਹੈ। ਪੌੜੀ ਵਾਲੇ ਸ਼ਬਦਾਂ ਦੇ ਵਿੱਚ ਅਸੀਂ ਦੇਖਦੇ ਹਾਂ ਸ਼ਲੋਕਸ ਤਾਂ ਮਿਲਦੇ ਹਨ ਪਰ ਸਾਨੂੰ ਰਹਾਉ ਘੱਟ ਵੱਧ ਦੇਖਣ ਨੂੰ ਮਿਲਦਾ ਹੈ। ਲੇਕਿਨ ਜਿਹੜੇ ਸ਼ਬਦਾਂ ਦੇ ਵਿੱਚ ਰਹਾਉ ਲਿਖਿਆ ਮਿਲਦਾ ਹੈ ਉਹਨਾਂ ਦੇ ਵਿੱਚ ਰਹਾਉ ਸ਼ਬਦ ਦਾ ਭਾਵ ਅਰਥ ਹੈ, ਸੈਂਟਰਲ ਆਈਡੀਆ। ਅਸੀਂ ਜੇ ਬਾਣੀ ਨਾਲ ਪਿਆਰ ਕਰਦੇ ਹਾਂ, 300 ਸਾਲ ਗੁਰੂ ਦੇ ਨਾਲ ਕਹੀ ਜਾ ਰਹੇ ਹਾਂ ਪਰ ਸਾਨੂੰ ਹੁਣ ਇਹ ਰਹਾਉ ਹੀ ਨਹੀਂ ਪਤਾ, ਤਾਂ ਫਿਰ ਸੋਚਣਾ ਪਏਗਾ ਅਸੀਂ ਗੁਰੂ ਦੇ ਨਾਲ ਹਾਂ ਵੀ ਕਿ ਨਹੀਂ। ਪਰ 300 ਸਾਲ ਲੰਘ ਗਏ, ਗੁਰ ਮੇਰੇ ਸੰਗ ਸਦਾ ਹੈ ਨਾਲੇ ਜੇ ਸਿੱਖਣਾ,
ਤਾਂ ਫਿਰ ਸਾਨੂੰ ਬਾਣੀ ਖੋਜਣੀ ਚਾਹੀਦੀ ਹੈ। ਬੀਬੀਸੀ ਲੰਡਨ ਵਾਲਿਆਂ ਨੇ 5-6 ਵਾਰੀ ਗੁਰਪੁਰਬਾਂ 'ਤੇ ਜਾਂ ਕਿੱਥੇ ਵੀ, ਭਾਵੇਂ ਮੈਂ ਨਿਊਯਾਰਕ ਹੋਵਾਂ, ਅੱਧੀ ਰਾਤ ਹੋਵੇ, ਉਹ ਕਾਲ ਕਰਦੇ ਨੇ, ਫੋਨ ਉੱਤੇ ਇੰਟਰਵਿਊ ਕਰਦੇ ਨੇ। ਇਹ 300 ਸਾਲਾਂ 'ਤੇ ਵੀ ਉਹਨਾਂ ਨੇ ਮੈਨੂੰ ਕੁਦਰਤੀ, ਮੈਂ ਦਿੱਲੀ ਸੀ, ਕਾਲ ਕਰਕੇ ਇੰਟਰਵਿਊ ਕੀਤੀ। ਮੈਨੂੰ ਕਹਿੰਦੇ ਇਹਦੀ ਵਰੈਸਿਟੀ ਦੇ ਬਾਰੇ ਤੁਹਾਡਾ ਕੀ ਖਿਆਲ ਹੈ, ਔਥੈਂਟੀਸਿਟੀ, ਪਿਓਰਿਟੀ ਬਾਰੇ ਕੀ ਖਿਆਲ ਹੈ? ਤੁਸੀਂ ਸਾਰੇ ਉਹ ਇੰਟਰਵਿਊ ਸੁਣ ਲੈਣਾ। ਉਹ ਉਹਦੇ ਵਿੱਚ ਇਹ ਪੁੱਛਦੇ ਪਏ ਨੇ ਵੀ ਇਹਦੀ ਪਿਓਰਿਟੀ ਕੀ ਹੈ, ਅੱਜ 300 ਸਾਲ ਹੋ ਗਏ ਨੇ, ਇਹਦੀ ਅਹਿਮੀਅਤ ਕੀ ਹੈ? ਅਤੇ ਮੈਂ ਉਹਨੂੰ ਬੇਨਤੀ ਕੀਤੀ, ਸੱਚ ਪੁਰਾਣਾ ਨਾ ਥੀ ਹੈ, 2 ਅਤੇ 2 4 ਹੁੰਦਾ, ਹਜ਼ਾਰਾਂ ਸਾਲ ਪਹਿਲਾਂ ਤੋਂ 4 ਸੀ, 2 ਅਤੇ 2 4 ਹਜ਼ਾਰਾਂ ਸਾਲ ਬਾਅਦ ਵੀ ਰਹੇਗਾ, ਕਦੇ ਵੀ ਪੁਰਾਣਾ ਨਹੀਂ ਹੋਏਗਾ, ਸੱਚ ਪੁਰਾਣਾ ਨਹੀਂ ਹੁੰਦਾ। ਲੋਕਾਂ ਦੇ ਮਨਾਂ ਦੀ ਵੈਲਿਊਜ਼ ਚੇਂਜ ਹੋ ਜਾਂਦੀਆਂ ਨੇ, ਸੱਚ ਪੁਰਾਣਾ ਨਹੀਂ ਹੁੰਦਾ। ਜੇ ਪਹਿਲਾਂ ਚੁੱਲ੍ਹਾ ਬਾਲਦੇ ਸਾਂ, ਅੱਜ ਵੈਲਿਊਜ਼ ਚੇਂਜ ਹੋ ਗਈਆਂ, ਅਸੀਂ ਗੈਸ ਦੇ ਬਿਨਾਂ ਕੰਮ ਨਹੀਂ ਕਰ ਸਕਦੇ, ਸਾਡੀਆਂ ਵੈਲਿਊਜ਼, ਸਾਡੇ ਜੀਵਨ ਦਾ ਢੰਗ ਬਦਲ ਗਿਆ, ਪਰ ਸੱਚ ਸੱਚ ਹੀ ਰਹੇਗਾ, ਕੈਰੈਕਟਰ ਮੇਨਟੇਨ ਕਰਨਾ ਹੀ ਪਵੇਗਾ, ਸੱਚੋ ਰਹਿ ਸਭ ਕੋ ਉੱਪਰ ਸੱਚ ਆਚਾਰ ਕਰਨਾ ਹੀ ਪਵੇਗਾ, ਭਾਵੇਂ ਚੁੱਲ੍ਹੇ 'ਤੇ ਰੋਟੀ ਖਾਓ ਅਤੇ ਭਾਵੇਂ ਗੈਸ 'ਤੇ ਖਾਓ, ਭਾਵੇਂ ਪੱਕੀ ਪੱਕੀ ਲਿਆ ਕੇ ਖਾਓ, ਜਿਸ ਤਰ੍ਹਾਂ ਮਰਜ਼ੀ ਖਾਓ, ਵੈਲਿਊ ਸਾਡੇ ਘਰਾਂ ਦੀਆਂ ਚੇਂਜ ਹੋ ਗਈਆਂ। ਪਹਿਲਾਂ ਪੈਦਲ ਜਾਂਦੇ ਸਾਂ, ਫਿਰ ਬੈਲ ਗੱਡੀ 'ਤੇ ਜਾਂਦੇ ਸਾਂ, ਫਿਰ ਕਿਸੇ ਹੋਰ ਢੰਗ ਨਾਲ ਸਾਈਕਲਾਂ 'ਤੇ ਜਾਂਦੇ ਸਾਂ, ਆਸਤਾ ਆਸਤਾ ਹੁਣ ਕਾਰਾਂ 'ਤੇ ਜਾਂਦੇ ਹਾਂ। ਇਹਦਾ ਮਤਲਬ ਇਹ ਥੋੜ੍ਹੀ ਨਾ ਕਿ ਸੱਚ ਬਦਲ ਗਿਆ ਅਤੇ ਹੁਣ ਅਸੀਂ ਵੀ ਬਦਲ ਜਾਈਏ। ਸੱਚ ਸੱਚ ਹੀ ਰਹਿੰਦਾ ਹੈ, ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਵੀ ਸੱਚ, ਬਸ਼ਰਤੇ ਕਿ ਮਨੁੱਖ ਨੂੰ ਸੱਚ ਪਤਾ ਵੀ ਹੋਵੇ ਕਿ ਕੀ ਹੁੰਦਾ। ਸੱਚ ਗੁਰੂ ਪਾਤਸ਼ਾਹ ਸਮਝਾਉਣਗੇ ਕਿਹਨੂੰ ਕਹਿੰਦੇ ਨੇ। ਮੇਰੀ ਬੇਟੀ ਨਿਊਯਾਰਕ ਤੋਂ ਮੈਨੂੰ ਕਾਲ ਕਰਕੇ ਕਹਿੰਦੀ ਹੈ, ਪਾਪਾ ਮੇਰੇ ਕਾਲਜ ਕਾਫੀ ਡਿਸਕਸ਼ਨ ਹੁੰਦੀ ਹੈ, ਪਰ ਅਫਸੋਸ ਇਹ ਹੈ ਕਿ ਜਿਹੜੇ ਨੌਨ ਸਿੱਖਸ ਨੇ ਉਹਨਾਂ ਨਾਲ ਗੱਲ ਕਰੀਏ ਜਾਂ ਜਿਹੜੇ ਸਿੱਖਾਂ ਦੇ ਬੱਚਿਆਂ ਦੇ ਉਹਨਾਂ ਨਾਲ ਗੱਲ ਕਰੀਏ, ਕਨਫਿਊਜ਼ਨ ਦਰਅਸਲ ਇਹ ਚੱਲ ਰਿਹਾ ਵੀ ਕਿਹੜਾ ਰੱਬ ਜਿਹਨੂੰ ਵਰਸ਼ਿਪ ਕਰੀਏ, ਉਹ ਰੱਬ ਕੌਣ ਹੈ, ਕੈਸਾ ਹੈ, ਕਿੱਥੇ ਰਹਿੰਦਾ, ਉਹ ਰੱਬ ਜੀ ਕਿਸ ਤਰ੍ਹਾਂ ਦੇ ਹੁੰਦੇ ਨੇ, ਇਹੀ ਕਨਫਿਊਜ਼ਨ ਚੱਲ ਰਿਹਾ। ਅਤੇ ਗੁਰਮਤ ਤੋਂ ਇਹ ਸਿੱਖਣਾ ਚਾਹੀਦਾ, ਇਸ ਕਰਕੇ ਅਸੀਂ ਇੱਕ ਸੈਮੀਨਾਰ ਵੀ ਕੀਤਾ ਸੀ, ਰੱਬ ਗੁਰਬਾਣੀ ਮੁਤਾਬਕ ਰੱਬ, ਲੋਕਾਂ ਨੂੰ ਤਾਂ ਰੱਬ ਲਫਜ਼ ਪਤਾ ਹੈ ਨਾ, ਭਗਵਾਨ ਪਤਾ ਹੈ, ਗੋਡ, ਰਾਮ, ਅੱਲਾ, ਖੁਦਾ, ਕਿਸੇ ਨੇ ਸਮਝਾਇਆ ਗੋਡ ਖੁਦਾ ਅੱਲਾ ਸੱਤਵੇਂ ਅਸਮਾਨ ਪਰ ਕਹੀਂ ਉੱਪਰ ਰਹਿਤਾ ਹੈ, ਕਿਸੇ ਨੇ ਸਮਝਿਆ ਪੈਰਾਡਾਈਜ਼ ਮੇਂ ਰਹਿਤਾ ਹੈ, ਕਿਸੇ ਨੇ ਸੋਚਿਆ ਹੈਵਨ ਮੇਂ ਰਹਿਤਾ ਹੈ, ਕਿਸੇ ਨੇ ਸੋਚਿਆ ਸਵਰਗ ਮੇਂ ਰਹਿਤਾ ਹੈ, ਕਿਸੇ ਨੇ ਸੋਚਿਆ ਬੈਕੁੰਠ ਮੇਂ ਰਹਿਤਾ ਹੈ, ਕਿਸੇ ਨੇ ਕੁਛ ਸੋਚਿਆ, ਕਿਸੇ ਨੇ ਕੁਛ ਸੋਚਿਆ। ਹੁਣ ਸਤਸੰਗ ਜੀ 300 ਸਾਲ ਗੁਰੂ ਦੇ ਨਾਲ ਇਤਨਾ ਤਾਂ ਗਾ ਲਿਆ, ਗੁਰੂ ਪਾਤਸ਼ਾਹ ਜੀ ਤੁਸੀਂ ਦੱਸੋ ਰੱਬ ਜੀ ਕੌਣ ਨੇ? ਤਾਂ ਗੁਰੂ ਪਾਤਸ਼ਾਹ ਕਹਿਣਗੇ, ਤੂੰ ਉਹਨੂੰ ਆਮੋ ਸਾਹਮਣੇ ਦੇਖਣਾ ਚਾਹੁੰਦਾ, ਕੋਈ ਫੋਟੋ ਆਕ੍ਰਿਤੀ 'ਚ ਦੇਖੇਗਾ, ਟੂ ਡਾਇਰੈਕਸ਼ਨਲ ਹੋਏਗਾ, ਜਾਂ ਅੱਗੋਂ ਦੇਖ ਲੈ ਮੂਰਤੀ ਨੂੰ, ਫੋਟੋ ਨੂੰ, ਜਾਂ ਕਿਸੇ ਸੋ ਕਾਰਡ ਮਨੁੱਖ ਨੂੰ, ਬਾਬਾ ਜੀ ਨੂੰ, ਬ੍ਰਹਮ ਗਿਆਨੀ ਜੀ ਨੂੰ, ਅੱਗੋਂ ਦੇਖ ਲੈ ਜਾਂ ਪਿੱਛੋਂ ਦੇਖ ਲੈ, ਐਟ ਏ ਟਾਈਮ ਦੋ ਜਗ੍ਹਾ ਤੋਂ ਦੇਖ ਸਕਣਾ, ਤੇਰੀ ਅੱਖ ਸਮਰੱਥਾ ਰੱਖਦੀ ਹੈ ਕਿ ਜਾਂ ਅੱਗੋਂ ਦੇਖਾਂ ਜਾਂ ਪਿੱਛੋਂ ਦੇਖਾਂ, ਬਸ। ਪਰ ਗੁਰੂ ਪਾਤਸ਼ਾਹ ਕਹਿੰਦੇ ਨੇ ਵੱਧ ਤੋਂ ਵੱਧ ਕੀ ਹੋਏਗਾ, ਸਾਇੰਸ ਨਵੀਂ ਖੋਜ ਕਰਕੇ ਲਿਆ ਹੀ ਹੈ, 3-dimensional ਤੈਨੂੰ ਫੋਟੋ ਦਿਖਾ ਦੇਗੀ ਕਿਸੇ ਵੀ ਚੀਜ਼ ਦੀ। ਪਰ ਗੁਰੂ ਪਾਤਸ਼ਾਹ ਕਹਿੰਦੇ ਨੇ ਰੱਬ ਯੂਨੀਡਾਇਰੈਕਸ਼ਨਲ ਹੈ, ਯੂਨੀਡਾਇਰੈਕਸ਼ਨਲ, ਮਲਟੀਡਾਇਰੈਕਸ਼ਨਲ ਕੀ ਮਤਲਬ ਗੁਰੂ ਪਾਤਸ਼ਾਹ? ਗੁਰੂ ਪਾਤਸ਼ਾਹ ਕਹਿੰਦੇ ਨੇ ਦੇਖ, ਰੱਬ ਨਾ ਸਭ ਜਗ੍ਹਾ ਹੈ, ਤੈਨੂੰ ਮੈਂ ਐਡਰੈਸ ਦੱਸਦਾ। ਹੁਣ ਸਾਡਾ ਫਰਜ਼ ਬਣਦਾ ਨਾ ਕਿ ਅਸੀਂ ਲੋਕਾਂ ਦੀ ਐਨਕ ਲਾਈਏ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਜ਼ਨ ਵਾਲੀ ਐਨਕ ਲਾਈਏ, ਬਣਦਾ ਨਾ? ਤਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੁੱਛਾਂਗੇ, ਗੁਰੂ ਪਾਤਸ਼ਾਹ ਜੀ ਤੁਸੀਂ ਦੱਸੋ। ਗੁਰੂ ਪਾਤਸ਼ਾਹ ਕਹਿੰਦੇ, ਅੱਛਾ ਤੂੰ ਉਸ ਰੱਬ ਨੂੰ ਸਮਝਦਾ, ਉਹਦਾ ਕੋਈ ਰੂਪ ਰੰਗ ਹੈ? ਕਹਿੰਦੇ ਨਾ, ਰੂਪ ਨਾ ਰੇਖ ਨਾ ਰੰਗ ਕਿਛ। ਪੂਰੀ ਦੁਨੀਆ ਦੇ ਡੈਫੀਨੇਸ਼ਨਸ 'ਤੇ ਕਾਟ ਮਾਰ ਦਿੱਤੀ,
ਉਹਦਾ ਰੂਪ ਰੰਗ ਰੇਖ ਭੇਕ ਕੁਛ ਨਹੀਂ ਹੈ, ਕਿਉਂਕਿ ਰੂਪ ਰੰਗ ਰੇਖ ਭੇਕ ਬਣਾਉਣ ਵਾਲਾ ਇਨਸਾਨ ਹੋਏਗਾ ਅਤੇ ਇਨਸਾਨ ਰੱਬ ਜੀ ਦੀ ਕਿਰਤ ਹੈ, ਇਸ ਕਰਕੇ ਰੱਬ ਜੀ ਦੀ ਕਿਰਤ ਤੋਂ ਛੋਟਾ ਹੈ, ਰੱਬ ਜੀ ਤੋਂ ਛੋਟਾ ਹੈ। ਅਤੇ ਰੱਬ ਜੀ ਬੇਅੰਤ ਨੇ, ਅਗੰਮ ਅਗੋਚਰਾ ਤੇਰਾ ਅੰਤ ਨਾ ਪਾਇਆ, ਅੰਤ ਨਾ ਪਾਇਆ ਕਿਹਨੇ ਤੇਰਾ, ਆਪਣਾ ਆਪ ਤੂੰ ਜਾਣਾ ਹੈ, ਜੀ ਜੰਤ ਸਭ ਖੇਲ ਤੇਰਾ ਕਿਆ ਕੋ ਆਖ, ਅਸੀਂ ਰੋਜ਼ ਨਿਤਨੇਮ ਕਰਦੇ ਹਾਂ ਨਾ, ਆਨੰਦ ਸਾਹਿਬ ਵਿੱਚ ਪੜ੍ਹਦੇ ਹਾਂ ਨਾ, ਜੀ ਜੰਤ ਸਭ ਖੇਲ ਤੇਰਾ ਕਿਆ ਕੋ ਆਖ ਖਾਣੇ, ਆਖੇ ਤਾਂ ਵੇਖੇ ਸਭ ਤੂੰ ਹੈ, ਜਿਹਨੀ ਜਗਤ ਉਪਾਇਆ। ਲਓ ਗੁਰੂ ਪਾਤਸ਼ਾਹ ਤੁਸੀਂ ਇਹ ਕਹਿੰਦੇ ਪਿਓ ਵੀ ਰੱਬ ਜੀ ਤੁਸੀਂ ਜਾਣਦੇ ਹੋ, ਜੀ ਜੰਤ ਕਿਸ ਤਰ੍ਹਾਂ ਪੈਦਾ ਹੁੰਦੇ ਨੇ, ਕਿਸ ਤਰ੍ਹਾਂ ਮਰਦੇ ਨੇ, ਤੁਸੀਂ ਜਾਣਦੇ ਹੋ। ਨਹੀਂ ਨਹੀਂ ਮੈਨੂੰ ਵੀ ਪਤਾ ਜੀ, ਕਿਸ ਤਰ੍ਹਾਂ ਮਰਦੇ ਨੇ, ਕਿਸ ਤਰ੍ਹਾਂ ਫਿਰ ਕਿਹੜੀ ਜੂਨ 'ਚ ਜੰਮਦੇ ਨੇ, ਫਿਰ ਕਿਸ ਤਰ੍ਹਾਂ ਮਰਦੇ ਨੇ, ਕਿਹੜੇ ਕਰਮ ਕਰੋ ਕਿਹੜੀ ਜੂਨ 'ਚ ਜਾਂਦੇ ਨੇ, ਮੈਨੂੰ ਗੁਰੂ ਪਾਤਸ਼ਾਹ ਪਤਾ ਹੈ। ਗੁਰੂ ਪਾਤਸ਼ਾਹ ਜੀ ਜੰਤ ਸਭ ਖੇਲ ਤੇਰਾ ਕਿਆ ਕੋ ਆਖ ਵਖਾਣੇ, ਆਖੇ ਤਾਂ ਵੇਖੇ ਸਭ ਤੂੰ ਹੈ, ਜਿਹਨੀ ਜਗਤ ਪਾਇਆ, ਕਹਿ ਨਾਨਕ ਤੂੰ ਸਦਾ ਅਗੰਮ ਹੈ, ਤੇਰਾ ਅੰਤ ਨਾ ਪਾਇਆ। ਸਤਸੰਗ ਜੀ ਇਹ ਬਾਣੀ ਰਾਹੀਂ ਗੱਲ ਕਰ ਰਹੇ ਹਾਂ, ਮੇਰੀ ਕੋਈ ਪਾਇਆ ਨਹੀਂ ਹੈ ਕਿ ਮੈਂ ਆਪ ਜੀ ਨਾਲ ਸਾਂਝ ਕਰ ਸਕਾਂ। ਜਿਸ ਬਾਣੀ ਨੂੰ ਅਸੀਂ 300 ਸਾਲਾ ਸ਼ਤਾਬਦੀ ਮਨਾ ਰਹੇ ਹਾਂ, ਇਹ ਬਾਣੀ ਉਹਦਾ ਐਡਰੈਸ ਦੱਸ ਰਹੀ ਹੈ ਕਿ ਉਹਦੀ ਕੋਈ ਰੂਪ ਰੰਗ ਰੇਖ ਭੇਕ ਕੋਈ ਨਹੀਂ ਆ। ਸੈਕਿੰਡ, ਅੱਛਾ ਗੁਰੂ ਪਾਤਸ਼ਾਹ ਜੇ ਰੂਪ ਰੰਗ ਰੇਖ ਭੇਕ ਕੋਈ ਨਹੀਂ ਹੈ, ਫਿਰ ਕਿੱਥੇ ਨਜ਼ਰ ਆਉਂਦਾ? ਗੁਰੂ ਪਾਤਸ਼ਾਹ ਕਹਿੰਦੇ ਹਾਂ ਹੈ ਇੱਕ ਜਗ੍ਹਾ, ਉਹ ਅਗੰਮ ਹੈ, ਉਹ ਅਗੋਚਰ ਹੈ। ਉਹਦਾ ਐਡਰੈਸ ਦਿਆਂ? ਗੁਰੂ ਪਾਤਸ਼ਾਹ ਕਹਿੰਦੇ ਨੇ ਅਗੰਮ ਰੂਪ ਕਾ ਮਨ ਮੈਂ ਥਾਨਾ, ਤੇਰੇ ਮਨ ਅੰਦਰ ਰਹਿੰਦਾ ਹੀ, ਮਨ ਅੰਦਰੋਂ ਲੱਭ ਲੈ, ਬਾਹਰ ਲੱਭਣ ਜਾਂਦਾ। ਕਾਹੇ ਰੇ ਬਨ ਖੋਜਨ ਜਾਈ, ਸਰਬ ਨਿਵਾਸੀ ਸਦਾ ਲੇਪਾ, ਤੋਹੀ ਸੰਗ ਸਮਾਈ, ਤੇਰੇ ਅੰਦਰ ਰਹਿੰਦਾ। ਜਿਸ ਮਨੁੱਖ ਨੂੰ ਇਹ ਗੱਲ ਸਮਝ ਆ ਜਾਂਦੀ ਨਾ, ਉਹਦੀ ਤੀਰਥਾਂ ਤੋਂ ਜਾਨ ਛੁੱਟ ਗਈ, ਉਹ ਊਆਂ ਤੋਂ ਜਾਈਏ ਜੋਈਆਂ ਨਾ ਹੋਏ, ਉੱਥੇ ਤਾਂ ਜਾਏਗਾ ਜੇ ਰੱਬ ਜੀ ਇੱਥੇ ਨਾ ਹੋਣ। ਇਹਦਾ ਮਤਲਬ ਜੋ ਤੀਰਥਾਂ 'ਤੇ ਜਾਂਦੇ ਨੇ ਉਹਨਾਂ ਨੂੰ ਉੱਥੇ ਰੱਬ ਜੀ ਸਮਝ ਆਉਂਦੇ ਨੇ ਵੀ ਸ਼ਾਇਦ ਇੱਥੇ ਹੀ ਤੀਰਥ 'ਤੇ ਰੱਬ ਜੀ ਨੇ, ਮੇਰੇ ਘਰ 'ਤੇ ਹੈ ਨਹੀਂ ਨੇ, ਦੁਕਾਨ 'ਤੇ ਤਾਂ ਹੈ ਨਹੀਂ ਨੇ, ਲੋਕਾਂ 'ਚ ਤਾਂ ਵੱਸਦੇ ਕੋਈ ਨੇ। ਗੁਰੂ ਪਾਤਸ਼ਾਹ ਕਹਿੰਦੇ ਲੋਕਾਂ 'ਚ ਵੀ ਵੱਸਦਾ ਹੀ ਰੱਬ, ਫਰੀਦਾ ਖਾਲਕ ਖਲਕ ਮੈਂ। ਇਹ ਸਾਰੇ ਗੁਰਬਾਣੀ ਦੇ ਪ੍ਰਮਾਣ ਇਸ ਕਰਕੇ ਡਿਸਕਸ ਕਰ ਰਹੇ ਹਾਂ ਕਿਉਂਕਿ ਇਹਨਾਂ ਦੀ ਵਿਚਾਰ ਨਹੀਂ ਹੁੰਦੀ। ਫਰੀਦਾ ਖਾਲਕ ਖਲਕ ਮੈਂ, ਖਲਕ ਵਸੈ ਰੱਬ ਮਾਏ, ਮੰਦਾ ਕਿਸਨੋਂ ਆਖੀਐ ਜਾਂ ਤਿਸ ਬਿਨ ਕੋਈ ਨਾ ਹੈ। ਸਾਰੀ ਸ੍ਰਿਸ਼ਟੀ ਐਵਰੀਵੇਅਰ, ਜ਼ਰਾ ਜ਼ਰਾ ਕਣ ਕਣ ਮੇ ਭਗਵਾਨ, ਓਮਨੀ ਪ੍ਰੈਜੈਂਟ, ਓਮਨੀ ਪੋਟੈਂਸ, ਓਮਨੀਸ਼ੀਐਂਟ, ਸਭ ਕੁਛ ਸਭ ਜਗ੍ਹਾ ਰੱਬ ਹੀ ਹੈ। ਜਦੋਂ ਇਹ ਗੱਲ ਸਮਝ ਆ ਜਾਂਦੀ ਹੈ, ਤੀਰਥ ਤੋਂ ਤਾਂ ਜਾਨ ਛੁੱਟ ਗਈ ਮਨੁੱਖ ਦੀ, ਪਰ ਮਨੁੱਖ ਰੱਬ ਜੀ ਨੂੰ ਭੋਗ ਕਦੇ ਨਹੀਂ ਲਾਏਗਾ। ਕਿਉਂ? ਕਿਉਂਕਿ ਰੱਬ ਜੀ ਆਪੇ ਰਸੀਆ, ਆਪ ਰਸ, ਆਪੇ ਰਾਵਣ ਹਾਰ, ਆਪੇ ਜਾਲ ਮਣਕਲਾ, ਆਪੇ ਅੰਦਰ ਲਾਲ, ਆਪੇ ਬਹੁਵਿਧ ਰੰਗਲਾ ਸਖੀਏ ਮੇਰਾ ਲਾਲ। ਵਾਹ! ਗੁਰੂ ਪਾਤਸ਼ਾਹ ਕਹਿੰਦੇ ਨੇ ਉਹ ਮਨ ਅੰਦਰ ਵੱਸਦਾ ਹੈ। ਗੁਰੂ ਪਾਤਸ਼ਾਹ ਕਹਿੰਦੇ ਨੇ ਉਹਦਾ ਰੂਪ ਰੰਗ ਰੇਖ ਪੇ ਕੋਈ ਹੈ ਹੀ ਨਹੀਂ, ਕੋਈ ਜੋਮੈਟਰੀ, ਕੋਈ ਆਕ੍ਰਿਤੀ ਹੈ ਹੀ ਨਹੀਂ, ਤਾਂ ਦਰਸ਼ਨ ਕਿਹੜੇ ਹੋਏ ਨੇ, ਕਿਵੇਂ ਹੋਏ ਨੇ ਪਤਾ ਨਹੀਂ। ਆਪਣੇ ਮਨ ਦੇ ਬਣਾਏ ਹੋਏ ਦਰਸ਼ਨ ਹੋਏ ਹੋਣੇ, ਆਪਣੇ ਖਿਆਲਾਂ ਦੇ ਪਰਸੈਪਸ਼ਨ ਦੇ ਬਣਾਏ ਹੋਏ ਹੋਣੇ। ਉਹਨੂੰ ਗੁਰੂ ਪਾਤਸ਼ਾਹ ਕਹਿੰਦੇ ਨੇ ਤੂੰ ਆਪਣੇ ਪਰਸੈਪਸ਼ਨ ਨਾਲ ਬਣਾਉਂਦਾ, ਰੱਬ ਜੀ ਨੂੰ ਥਾਪਿਆ ਨਾ ਜਾਏ। ਇਹ ਜਪਜੀ ਸਾਹਿਬ ਬੜੀ ਜ਼ਬਰਦਸਤ ਫਾਊਂਡੇਸ਼ਨ ਹੈ। ਪਿੱਛੇ ਅਸੀਂ ਸੋਹਿਲਾ ਬਾਣੀ ਦੇ ਅਰਥ ਸਮਝੇ ਸਨ 6 ਦਿਨ ਲਗਾ ਕੇ, ਤਾਂ ਅਸੀਂ ਉਹਦੇ ਵਿੱਚ ਪੜ੍ਹਦਿਆਂ ਦੇਖ ਰਹੇ ਸਾਂ ਕਿ ਜੋ ਸੋਹਿਲੇ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਲਿਖੀ ਹੈ ਉਹ ਆਪਣੇ ਆਪਣੇ ਰਾਗ ਵਿੱਚ ਅਲੱਗ ਅਲੱਗ ਵੀ ਉਹ 5 ਸ਼ਬਦ ਦਰਜ ਨੇ। 2 ਵਾਰੀ ਆਇਆ, ਇੱਕ ਵਾਰੀ ਇਕੱਠਾ ਸੋਹਿਲਾ ਆਇਆ, ਉਹਦਾ ਨਾਂ ਕੀਰਤਨ ਸੋਹਿਲਾ ਨਹੀਂ ਹੈ, ਬਾਣੀ ਦਾ ਨਾਂ ਸੋਹਿਲਾ ਹੈ। ਜ਼ੁਬਾਨ ਨਾਲ ਕਹਿ ਕਹਿ ਕੇ ਅਸੀਂ ਭੁਲੇਖੇ ਨਾਲ ਕੰਨੋ ਕੰਨੀ ਚੱਲ ਪਿਆ। ਸੋਹਿਲਾ ਹੈ ਬਾਣੀ ਦਾ ਨਾਂ, ਔਰ ਉਹ 5 ਸ਼ਬਦ ਉੱਥੇ ਵੀ ਨੇ ਸਟਾਰਟ 'ਚ ਇਕੱਠੇ, ਪਰ ਜਿੱਥੇ ਜਿੱਥੇ ਉਹ ਰਾਗ ਸ਼ੁਰੂ ਹੁੰਦੇ ਨੇ, ਧਨਾਸਰੀ ਰਾਗ ਦਾ, ਆਸਾ ਰਾਗ ਦਾ, ਗੌੜੀ ਦੀਪਕੀ ਦਾ,
ਵੱਖਰੇ ਵੱਖਰੇ ਰਾਗਾਂ ਵਿੱਚ ਉਹ ਸ਼ਬਦ ਉੱਥੇ ਵੀ ਹੈ। ਤਾਂ ਅਸੀਂ ਵਿਚਾਰ ਕਰ ਰਹੇ ਸਾਂ, ਸਾਰੇ ਲਿਵਿੰਗ ਟ੍ਰੈਜਰ ਦੇ ਸਾਥੀ ਬੈਠ ਬੈਠ ਕੇ ਸੋਚ ਰਹੇ ਸਾਂ, ਦੋ ਵਾਰੀ ਕਿਉਂ ਆਇਆ? ਲੱਗਦਾ ਹੈ ਗੁਰੂ ਪਾਤਸ਼ਾਹ ਨੇ ਨਾ ਜਿਹੜੀ ਸ਼ੁਰੂ ਸ਼ੁਰੂ ਵਿੱਚ ਇਹ ਬਾਣੀਆਂ ਪਾਈਆਂ, ਜਿਨ੍ਹਾਂ ਦਾ ਅਸੀਂ ਨਿਤਨੇਮ ਕਰਦੇ ਹਾਂ, ਜਿਹੜਾ ਅਸੀਂ ਲਾਜ਼ਮੀ ਕਰਾਰ ਕਰਕੇ ਰੋਜ਼ ਪੜ੍ਹਦੇ ਹੀ ਹਾਂ, ਉਹ ਗੁਰੂ ਪਾਤਸ਼ਾਹ ਨੇ ਸਾਨੂੰ ਦ੍ਰਿੜ ਕਰਾਇਆ ਕਿ ਇਹ ਤਾਂ ਤੂੰ ਰੋਜ਼ ਮਿਨੀਮਮ ਨਿਤਨੇਮ ਕਰਿਆ ਕਰ, ਤਾਂ ਕਿ ਤੇਰੀ ਫਾਊਂਡੇਸ਼ਨ ਪੱਕੀ ਰਹੇ, ਫਾਊਂਡੇਸ਼ਨ ਰੋਜ਼ ਰੋਜ਼ ਸਟਰੋਂਗ ਹੁੰਦੀ ਰਹੇ। ਇਸ ਕਰਕੇ ਨਿਤਨੇਮ ਕਰਦੇ ਹਾਂ। ਅਤੇ ਜਪਜੀ ਸਾਹਿਬ ਵਿੱਚ ਰੋਜ਼ ਸਮਝਾਉਂਦੇ ਹੋ ਮੈਨੂੰ, ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਅੱਛਾ, ਰੱਬ ਜੀ ਆਪੇ ਹੀ ਨੇ? ਹਾਂ, ਪਰ ਜਿਨ ਸੇਵਿਆ ਤਿਨ ਪਾਇਆ ਮਾਂ। ਨਾਨਕ ਗਾਵੀਆ ਗੁਣੀ ਨਿਧਾਨ, ਤੂੰ ਉਹਨੂੰ ਗਾਉਣਾ ਚਾਹੁੰਦਾ? ਉਹਨੂੰ ਗਾਉਣ ਵਾਸਤੇ ਨਾ ਉਹਦੇ ਗੁਣਾਂ ਦੀ ਵਡਿਆਈ ਕਰ। ਸੋਹਣੇ ਨੱਕ ਜਿਨ ਲੰਬੜੇ ਵਾਲਾ, ਅਤੇ ਇਸ ਨੱਕ ਦੀ ਗੱਲ ਨਹੀਂ ਚੱਲ ਰਹੀ, ਉਹਦੇ ਗੁਣ ਗਾ। ਉਹਦੇ ਨੱਕ ਇਤਨਾ ਗ੍ਰੇਟ ਹੈ, ਇਤਨਾ ਸੁੰਦਰ ਹੈ, ਇਤਨਾ ਵਿਚੱਖਣ ਹੈ, ਇਤਨਾ ਸੁੰਦਰ ਹੈ, ਇਤਨਾ ਬਿਊਟੀਫੁੱਲ ਹੈ, ਫੁੱਲ ਹੈ, ਕਿ ਉਹ ਨੱਕ ਲੱਥਦੀ ਨਹੀਂ, ਉਹਦੀ ਬੇਇੱਜ਼ਤੀ ਨਹੀਂ ਹੁੰਦੀ। ਉਹਨੂੰ ਕੋਈ ਜੇ ਸਭ ਮਿਲ ਕੇ ਆਖਣ ਪਾਏ, ਵੱਡਾ ਨਾ ਹੋਵੇ ਘਾਟ ਨਾ ਜਾਏ, ਸੋਹਣੇ ਨੱਕ, ਉਹਦੇ ਗੁਣਾਂ ਦੀ ਗੱਲ ਕਰਿਆ ਕਰ। ਅੱਛਾ ਗੁਰੂ ਪਾਤਸ਼ਾਹ, ਤੁਸੀਂ ਰੱਬ ਦੀ ਡੈਫੀਨੇਸ਼ਨ ਦੇ ਦਿੱਤੀ, ਕਮਾਲ ਹੈ, ਅਸੀਂ ਤਾਂ ਪੜ੍ਹਿਆ ਹੀ ਨਹੀਂ। ਅਸੀਂ ਤਾਂ ਇਹ ਕਿਹਾ 300 ਸਾਲ ਗੁਰੂ ਦੇ ਨਾਲ, ਮਤ ਭੁਲੇਖਾ ਖਾਣਾ ਕਿ ਸਾਨੂੰ ਰੁਮਾਲਾ ਨਹੀਂ ਚੜਾਉਣਾ, ਮਤ ਭੁਲੇਖਾ ਖਾਣਾ ਕਿ ਸਾਨੂੰ ਪਾਲਕੀ ਨਹੀਂ ਵਰਤਣੀ, ਮਤ ਭੁਲੇਖਾ ਖਾਣਾ ਕਿ ਅਸੀਂ ਚੋਰ ਨਹੀਂ ਕਰਨੀ, ਇਹ ਕਰਮ ਕਾਂਡ ਨਹੀਂ ਹਨ, ਇਹ ਕਿਸੇ ਗੱਲ ਦੇ ਪ੍ਰਤੀਕ ਹਨ। ਉਹ ਪ੍ਰਤੀਕਾਂ ਨੂੰ ਅਸੀਂ ਵਿਰਾਸਤ ਪੁਸਤਕ ਵਿੱਚ ਲਿਖਿਆ ਬਾਣੀ ਅਨੁਸਾਰ, ਚੌਰ ਕਿਉਂ ਕਰਦੇ ਹਾਂ, ਇਹਦਾ ਮਕਸਦ ਕੀ ਹੈ, ਰੁਮਾਲਾ ਕਿਉਂ ਚੜਾਉਂਦੇ ਹਾਂ, ਇਹਦਾ ਮਕਸਦ ਕੀ ਹੈ, ਚਦੋਆ ਕਿਉਂ ਲਾਉਂਦੇ ਹਾਂ, ਪੀੜਾ ਕਿਉਂ ਡਾਂਦੇ ਹਾਂ, ਪਾਲਕੀ 'ਚ ਇੱਕ ਥਾਂ ਤੋਂ ਦੂਜੀ ਥਾਂ ਕਿਵੇਂ ਸਤਿਕਾਰ ਨਾਲ ਜਾਂਦੇ ਹਾਂ, ਇਹ ਸਾਰੇ ਦਾ ਕੋਈ ਮਕਸਦ ਹੈ। ਪਰ ਇਹਨਾਂ ਤੋਂ ਇਲਾਵਾ ਇਹ ਸਤਿਕਾਰ ਕਰਦਿਆਂ ਕਰਦਿਆਂ ਬਾਣੀ ਵੀ ਤਾਂ ਖੋਜਣੀ ਹੈ। ਬਾਣੀ ਖੋਜਾਂਗੇ, ਪਤਾ ਲੱਗੇਗਾ, ਫਿਰ ਗੁਰੂ ਪਾਤਸ਼ਾਹ ਕਹਿਣਗੇ ਤੈਨੂੰ ਉਹਦਾ ਐਡਰੈਸ ਚਾਹੀਦਾ, ਉਹ ਤੇਰੇ ਮਨ ਵਿੱਚ ਰਹਿੰਦਾ, ਉਹਨੂੰ ਲੱਭਣਾ ਹੀ। ਫਿਰ ਪਤਾ ਕੀ ਕਰ, ਜਨ ਨਾਨਕ ਬਿਨ ਆਪਾ ਚੀਨੈ ਮਿਟੈ ਨਾ ਭਰਮ ਕੀ ਕਾਈ, ਆਪਾ ਚੀਨ ਲੈ, ਇੰਟਰੋਸਪੈਕਸ਼ਨ ਸ਼ੁਰੂ ਕਰ ਦੇ ਆਪਣੀ, ਆਪ ਨੜੇ ਗਿਰਵਾਨ ਮੈਂ ਸਿਰ ਨੀਵਾਂ ਕਰ ਵੇਖਣਾ ਸ਼ੁਰੂ ਕਰ ਦੇ, ਇਹ ਤੈਨੂੰ ਰੱਬ ਜੀ ਅੰਦਰ ਮਿਲ ਜਾਣਗੇ। ਇੱਕ ਹੋਰ ਸ਼ਰਤ ਡਾ ਦਿੱਤੀ, ਜਦੋਂ ਅੰਦਰੋਂ ਸਮਝ ਆ ਜਾਏ ਤਾਂ ਤੂੰ ਬਿਆਨ ਨਹੀਂ ਕਰ ਸਕੇਗਾ, ਗੂੰਗੇ ਕੀ ਮਠਿਆਈ ਹੋ ਜਾਏਗੀ। ਅਤੇ ਜਿਹੜਾ ਬਿਆਨ ਕਰਦਾ ਉਹਦੇ ਬਾਰੇ ਕੀ ਕਹਿੰਦੇ ਨੇ, ਕੋਈ ਬੋਲੇ ਨਿਰਵਾ, ਕੋਈ ਬੋਲੇ ਦੂਰ, ਜਲ ਕੀ ਮਾਛੜੀ ਚੜੇ ਖਜੂਰ, ਕਾਹੇ ਰੇ ਬਕ ਬਾਦ ਲਾਇਓ, ਇਸ ਜ਼ਬਾਨ ਸੇ ਕੈਸੇ ਬਿਆਨ ਕਰ ਰਿਹਾ ਭਗਵਾਨ ਜੀ ਕੋ, ਆਪਣੇ ਚੇਲੋ ਕੇ ਥਰੂ ਬੁਲਵਾ ਰਹਿ, ਇਹਨੋਨੇ ਦਰਸ਼ਨ ਕੀਏ ਹੈ, ਇਨਕੋ ਦਰਸ਼ਨ ਹੋਏ ਹੈ, ਰੱਬ ਜੀ ਨੂੰ ਬਿਆਨ ਕਰ ਸਕਦੇ ਹਾਂ? ਗੁਰਬਾਣੀ ਕਹਿੰਦੀ ਹੈ ਨਹੀਂ, ਜੇ ਕੋ ਖਾਇਕ ਆਖਣ ਪਾਏ ਉਹ ਜਾਣੇ ਜੇਤੀਆ ਮੋਖ ਆਏ, ਰੱਬ ਜੀ ਨੂੰ ਨਹੀਂ ਬਿਆਨ ਕਰ ਸਕਦੇ। ਅੰਤ ਕਾਰਨ ਕੇਤੇ ਬਿਲਾਏ, ਤਾਂ ਕਿ ਅੰਤ ਨਾ ਪਾਏ ਜਾਏ, ਕਦੇ ਗਿਣਤੀ ਗਿਣ ਕੇ ਦੇਖ ਲਵੋ, 100 ਲੱਖ 1000 ਕਰੋੜ 10 ਕਰੋੜ ਮਿਲੀਅਨ ਬਿਲੀਅਨ ਅਰਬ ਗਿਣਤੀ ਨਹੀਂ ਮੁੱਕਦੀ, ਇਸ ਜ਼ਬਾਨ ਨਾਲ ਗਿਣਤੀ ਕਰਕੇ ਦੇਖ ਲਓ ਨਹੀਂ ਮੁੱਕੇਗੀ, ਇਹ ਮਨੁੱਖ ਦੀ ਬਣਾਈ ਹੋਈ ਗਿਣਤੀ ਤਾਂ ਮੁੱਕਦੀ ਨਹੀਂ, ਰੱਬ ਜੀ ਦੀ ਕਿਸ ਤਰ੍ਹਾਂ ਗਿਣਤੀਆਂ ਮਿਣਤੀਆਂ ਕਰ ਸਕਾਂਗੇ, ਇਤਨੇ ਪਾਠ ਕਰਕੇ ਇਤਨੇ ਨਾਲ ਹੀ ਪ੍ਰਾਪਤ ਕਰ ਲਾਂਗੇ, ਇਹ ਗਿਣਤੀਆਂ ਮਿਣਤੀਆਂ ਕੂੜੀ ਕੂੜੇ ਠੀਸ। ਕੌਣ ਕਹਿ ਰਿਹਾ? ਗੁਰੂ ਪਾਤਸ਼ਾਹ ਜਪਜੀ 'ਚ ਦੱਸ ਰਹੇ ਨੇ। ਅੱਛਾ ਗੁਰੂ ਪਾਤਸ਼ਾਹ, ਤੁਸੀਂ ਇਤਨੀਆਂ ਸਖਤ ਗੱਲਾਂ ਕਰਦੇ ਹੋ ਪਰ ਇਤਨਾ ਖਰਾ ਸੱਚ ਦੱਸਦੇ ਹੋ,
ਅਤੇ ਦੱਸਣ ਵੇਲੇ ਰੱਬ ਜੀ ਦੇ ਬਾਰੇ ਗੱਲ ਕਰਕੇ ਫਿਰ ਕਹਿੰਦੇ ਹੋ ਨਾਨਕ ਦਾਸ ਵਾਓ ਯੂ ਆਰ ਸੋ ਗ੍ਰੇਟ, ਨਾਨਕ ਗਰੀਬ ਯੂ ਆਰ ਸੋ ਗ੍ਰੇਟ, ਨਾਨਕ ਜਨ ਨਾਨਕ ਵਿਚਾਰਾ, ਤੇਰੇ ਚਾਕਰਾਂ ਪਖਾਕ ਨਾਨਕ। ਗੁਰੂ ਪਾਤਸ਼ਾਹ ਜੀ ਇਸ ਧਰਤੀ 'ਤੇ ਜਿਹੜੇ ਦੱਸਦੇ ਨੇ ਉਹ ਕਹਿੰਦੇ ਨੇ ਮੈਂ ਸੰਤ, ਜਿਹੜੇ ਦੱਸਦੇ ਨੇ ਉਹ ਕਹਿੰਦੇ ਮੈਂ ਗੁਰੂ, ਜਿਹੜੇ ਦੱਸਦੇ ਨੇ ਉਹ ਕਹਿੰਦੇ ਨੇ ਮੈਂ ਬ੍ਰਹਮ ਗਿਆਨੀ। ਮੈਨੂੰ ਇਹ ਭੁਲੇਖਾ ਸੀ, ਮੇਰੇ ਮਨ ਦਾ ਭਰਮ ਕੂੜ ਦੀ ਪਾਲ ਟੁੱਟ ਗਈ, ਰੱਬ ਦੇ ਗੁਣਾਂ ਦੇ ਵਿੱਚ ਜੀਣ ਲੱਗ ਪਿਆ। ਪਰ ਬਿਆਨ ਨਹੀਂ ਕਰ ਸਕਦਾ ਗੂੰਗੇ ਕੀ ਮਠਿਆਈ, ਅੰਬ ਖਾ ਲਵੇਂ ਕਿਸੇ ਨੂੰ ਸਵਾਦ ਨਹੀਂ ਦੱਸ ਸਕਦਾ, ਕਹਿ ਸਕਦਾ ਲੰਗੜਾ ਅੰਬ ਖਾਧਾ ਸੀ ਮਿੱਠਾ ਕਿੰਨਾ ਸੀ ਇਹ ਨਹੀਂ ਦੱਸ ਸਕਦਾ, ਕਹਿ ਸਕਦਾ ਚੌਂਸਾ ਖਾਧਾ ਸੀ ਪਰ ਮਿੱਠਾ ਕਿੰਨਾ ਨਹੀਂ ਦੱਸ ਸਕਦਾ, ਕਹਿ ਸਕਦਾ ਗੁੜ ਖਾਧਾ ਸੀ ਪਰ ਮਿੱਠਾ ਕਿੰਨਾ ਇਹ ਨਹੀਂ ਦੱਸ ਸਕਦਾ, ਕੈਨ ਨੋਟ ਐਕਸਪਲੇਨ। ਜਿਵੇਂ ਰੱਬ ਜੀ ਦੇ ਬਾਰੇ ਕੋਈ ਬਿਆਨ ਕਰੇ ਤਾਂ ਉਹ ਆਪਣੀ ਮਨ ਮਰਜ਼ੀ ਕਰ ਰਿਹਾ, ਉਹਨੂੰ ਕਹਿ ਰਹੇ ਨੇ ਕਾਹੇ ਰੇ ਬਕਵਾਦ ਲਾਇਓ, ਜਿਨ ਹਰ ਪਾਇਓ ਤਿਨਾਂ ਛੁਪਾਇਓ। ਛੁਪਾਇਓ ਦਾ ਮਤਲਬ ਹੈ ਨਹੀਂ ਰੱਬ ਮੈਨੂੰ ਮਿਲ ਗਿਆ ਮੈਂ ਨਹੀਂ ਦੱਸਣਾ ਛੁਪਾ ਲਿਆ, ਐਂ ਨਹੀਂ। ਛੁਪਾਇਓ ਦਾ ਮਤਲਬ ਹੈ ਬਿਆਨ ਨਹੀਂ ਕਰ ਸਕਦਾ। ਇਹ ਬਾਣੀ ਕਹਿ ਰਹੀ ਹੈ, ਜੇ ਬਿਆਨ ਕਰਦਾ ਪਿਆ ਤਾਂ ਇੰਪੋਸੀਬਲ ਨੂੰ ਬਿਆਨ ਕਰ ਰਿਹਾ, ਜਿਵੇਂ ਕਿ ਪਾਣੀ ਦੀ ਮੱਛੀ ਖਜੂਰ 'ਤੇ ਚੜ੍ਹੀ ਕਦੇ ਨਹੀਂ ਹੋ ਸਕਦਾ, ਜਲ ਕੀ ਮਾਛੜੀ ਚੜ੍ਹੇ ਖਜੂਰ ਵਾਂਗੂ। ਐਵੇਂ ਪਿਆ ਬਿਆਨ ਕਰਨਾ, ਐਵੇਂ ਆਪਣੇ ਪੋਸਟਰ ਲਾ ਕੇ ਆਪਣਾ ਨਾਂ ਬਣਾਇਆ ਹੋਇਆ ਮੈਂ ਰੱਬ ਦੇਖਿਆ, ਐਵੇਂ ਤੇਰੇ ਚੇਲੇ ਲੋਕਾਂ ਨੂੰ ਕਹਿੰਦੇ ਰਹਿੰਦੇ ਨੇ ਸਾਡੇ ਬਾਬਾ ਜੀ ਨੇ ਦੇਖਿਆ ਸਵੇਰੇ 3 ਵਜੇ ਦੇਖਿਆ ਜਾਂ ਕਦੇ 4 ਵਜੇ ਦੇਖਿਆ। ਇਹਨਾਂ ਗੱਲਾਂ ਦੇ ਕਾਰਨ ਨਾਮਦੇਵ ਜੀ 'ਤੇ ਵੀ ਲਗਾ ਦਿੱਤਾ ਜੀ, ਨਾਮਦੇਵ ਨੂੰ 72 ਵਾਰੀ ਦਰਸ਼ਨ ਹੋਏ ਨੇ। ਕਿੱਥੋਂ? ਗੁਰੂ ਗ੍ਰੰਥ ਸਾਹਿਬ ਜੀ 'ਤੇ ਨਹੀਂ ਲਿਖਿਆ ਹੋਇਆ ਗੁਰੂ ਗ੍ਰੰਥ ਸਾਹਿਬ ਵਿੱਚ? ਅੱਛਾ, ਗੁਰੂ ਪਾਤਸ਼ਾਹ ਜੀ ਮੈਂ ਨਾ ਕਹਿੰਦਾ ਪਿਆ 300 ਸਾਲ ਗੁਰੂ ਦੇ ਨਾਲ। ਅੱਛਾ, ਹੁਣ ਤੁਸੀਂ ਦੱਸ ਦਿਓ ਨਾ, ਮੈਂ ਤਾਂ 3 ਪਲ ਵੀ ਨਹੀਂ ਬੈਠਾ ਤੁਹਾਡੇ ਕੋਲ, ਮੈਂ 3 ਸਕਿੰਟ ਵੀ ਨਹੀਂ ਬੈਠਾ। ਅੱਛਾ, ਹੁਣ ਅੱਜ ਮੇਰੀ ਛੁੱਟੀ ਹੈ, ਅੱਜ ਸੰਡੇ ਹੈ, ਹੁਣ ਮੈਂ ਤੁਹਾਡੇ ਕੋਲ ਬਹਿਣਾ ਚਾਹੁੰਦਾ, ਹੁਣ ਤੂੰ ਦੱਸੋ। ਅੱਛਾ, ਗੁਰੂ ਪਾਤਸ਼ਾਹ ਕਹੇ ਕਿਹਦੇ ਬਾਰੇ ਸਵਾਲ ਲੈ ਕੇ ਆਇਆ? ਮੈਂ ਕਿਹਾ ਕਹਿੰਦੇ ਨਾਮਦੇਵ ਜੀ ਨੂੰ 72 ਵਾਰੀ ਦਰਸ਼ਨ ਹੋਏ ਨੇ। ਅੱਛਾ ਚੰਗਾ, ਹੁਣ ਨਾਮਦੇਵ ਨੂੰ ਪੁੱਛਦੇ ਹਾਂ। ਨਾਮਦੇਵ ਜੀ ਕਹਿੰਦੇ ਪਏ ਨੇ ਈ ਬੈ ਬੀਠਲ ਉਬੈ ਬੀਠਲ, ਬੀਠਲ ਬਿਨ ਸੰਸਾਰ ਨਹੀਂ। ਅੱਛਾ, ਹਰ ਵੇਲੇ ਇੱਧਰ ਉੱਧਰ ਸਭ ਜਗ੍ਹਾ ਨੇ? ਫਿਰ ਇਹ ਕਹਾਣੀ ਝੂਠ ਹੋ ਗਈ ਕਿ 72 ਵਾਰੀ ਦਰਸ਼ਨ ਹੋਏ ਸੀ। ਨਹੀਂ, ਨਾਮਦੇਵ ਜੀ ਗੁਰੂ ਪਾਤਸ਼ਾਹ ਕਹਿ ਰਹੇ ਨੇ ਹਰ ਵੇਲੇ ਉਹਦੇ ਨਾਲ ਜੁੜੇ ਹੀ ਹੋਏ ਸਨ, ਨਾਮਦੇਵ ਦੀ ਰਸਨਾ ਤੋਂ ਉਚਾਰੀ ਹੋਈ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ। ਕਹਾਣੀਆਂ 'ਚ ਝੂਠ ਹੋ ਜਾਂਦੀਆਂ ਹਨ, ਬਸ਼ਰਤੇ ਗੁਰੂ ਗ੍ਰੰਥ ਸਾਹਿਬ 'ਤੇ ਟੇਕ ਰੱਖੀ ਹੈ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਉੱਤੇ। ਬਾਣੀ ਦੀ ਡੈਫੀਨੇਸ਼ਨ ਸਮਝਣ ਵਾਸਤੇ, ਡੈਫੀਨੇਸ਼ਨ ਲਫਜ਼ ਵੀ ਮੇਰੇ ਕੋਲ ਮੁਥਾਜੀ ਹੈ ਕਿ ਕੁਛ ਹੋਰ ਹੈ ਨਹੀਂ ਹੈ, ਬਾਣੀ ਕੋਲੋਂ ਸਿੱਖਿਆ ਕਰੀਏ। ਅੱਛਾ ਗੁਰੂ ਪਾਤਸ਼ਾਹ ਜੀ, ਲੋਕ ਜਿਹੜਾ ਮਨੁੱਖ ਜਿੰਦਾ ਹੈ ਉਹਨੂੰ ਜਿੰਦਾ ਸਮਝਦੇ ਨੇ। ਹੁਣ ਗੁਰੂ ਪਾਤਸ਼ਾਹ ਤੁਸੀਂ ਦੱਸੋ, ਕਹਿੰਦੇ ਦੇਖ ਤੈਨੂੰ ਰੋਜ਼ ਸ਼ਾਮੀ ਸੋਦਰ ਵੇਲੇ ਸਮਝਾਉਂਦਾ, ਆਖਾਂ ਜੀਵਾਂ ਵਿਸਰੈ ਮਰ ਜਾਓ। ਹੁਣ ਸਾਨੂੰ ਰੋਜ਼ ਵਿਸਰਦਾ, ਹਰ ਵੇਲੇ ਵਿਸਰਦਾ, ਮਰੇ ਤਾਂ ਕੋਈ ਵੀ ਨਹੀਂ, ਮਰਿਆ ਸੀ ਕੋਈ? ਇਹਦਾ ਮਤਲਬ ਗੁਰੂ ਪਾਤਸ਼ਾਹ ਕੋਈ ਗੱਲ ਸਮਝਾਉਣਾ ਚਾਹੁੰਦੇ ਨੇ, ਕਹਿੰਦੇ ਨੇ ਜੇ ਤੂੰ ਸੱਚ ਨਾਲ ਜੁੜਿਆ ਤਾਂ ਮਾਨੋ ਜਿੰਦਾ, ਅਰ ਅਦਰਵਾਈਜ਼ ਮੋਇਆ ਹੋਇਆ। ਅੱਛਾ, ਓ ਗੁਰੂ ਪਾਤਸ਼ਾਹ, ਅੱਛਾ ਗੁਰੂ ਦੇਖ ਤੈਨੂੰ ਹੋਰ ਸਮਝਾਵਾਂ ਇੱਕ ਗੱਲ ਹੋਰ। ਗੁਰੂ ਪਾਤਸ਼ਾਹ ਸੀਮੈਂਟਿਡ ਕਰੀ ਜਾਂਦੇ ਨੇ ਗੱਲ ਨੂੰ, ਬਾਰ 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 ਤਾਂ ਦੀਆਂ ਤਾਂ ਜਮਾਈ ਜਾਂਦੇ ਨੇ ਇੱਕ ਗੱਲ ਨੂੰ ਐਮਫੈਸਾਈਜ਼ ਕਰਨ ਵਾਸਤੇ। ਜਿਸ ਗੱਲ ਨੂੰ ਐਮਫੈਸਾਈਜ਼ ਕਰਨਾ ਨਾ, ਪਹਿਲਾਂ ਗੁਰੂ ਨਾਨਕ ਪਾਤਸ਼ਾਹ ਦਾ ਰਾਗ ਵਿੱਚ ਸ਼ਬਦ ਸ਼ੁਰੂ ਹੋਏਗਾ, ਉਸੇ ਗੱਲ ਨੂੰ ਐਮਫੈਸਾਈਜ਼ ਕਰਨ ਵਾਸਤੇ ਫਿਰ ਮਹਿਲਾ ਦੂਜਾ ਦਾ, ਫਿਰ ਤੀਜਾ ਦਾ, ਫਿਰ ਚੌਥਾ ਦਾ, ਫਿਰ ਪੰਜਵਾਂ ਦਾ, ਫਿਰ ਨੌਵੇਂ ਪਾਤਸ਼ਾਹ ਦਾ, ਅਤੇ ਫਿਰ ਭਗਤਾਂ ਦੀ ਬਾਣੀ। ਉਸੇ ਸਬਜੈਕਟ ਨੂੰ ਕੋਟ ਕੋਟ ਕੇ ਸਮਝਾਉਂਦੇ ਨੇ ਉਸੇ ਰਾਗ ਵਿੱਚ, ਬਾਣੀ ਦੀ ਬਣਤਰ ਦਾ ਢੰਗ। ਕਹਿੰਦੇ ਨੇ ਦੇਖ ਨਾਨਕ, ਜਿੱਤ ਵੇਲਾ ਵਿਸਰੈ ਮੇਰਾ ਸਵਾਮੀ, ਤਿਤ ਵੇਲੇ ਮਰ ਜਾਏ ਜਿਉ ਮੇਰਾ। ਅੱਛਾ, ਜਿਸ ਵੇਲੇ ਰੱਬ ਵਿਸਰਦਾ ਉਸ ਵੇਲੇ ਮਰ ਜਾਈਦਾ? ਦੇਖ ਇੱਕ ਹੋਰ ਗੱਲ ਯਾਦ ਰੱਖੀ,
ਮਤ ਕੋ ਜਾਣੇ ਜਗ ਜੀਵਦਾ, ਦੂਜੇ ਭਾਏ ਮੁਈਆਸ। ਤੈਨੂੰ ਜਦੋਂ ਇਹ ਦੂਜਾ ਭਾਉ ਆਇਆ ਨਾ ਮਨ ਅੰਦਰ, ਜਦੋਂ ਇਹ ਦੂਜਾ ਖਿਆਲ ਆਇਆ ਕਿ ਮੈਂ ਰੱਬ ਦੇ ਕੋਲ ਜਾਵਾਂ, ਕਿਸੇ ਤੀਰਥ 'ਤੇ ਜਾਵਾਂ, ਕਿਤੇ 40 ਦਿਨ ਜਾਵਾਂ, ਕਿਤੇ ਕੁਛ ਚੜ੍ਹਾਵਾਂ, ਫਿਰ ਉਸ ਤੋਂ ਬਾਅਦ ਉਹਨੂੰ ਕਹਾਂ ਮੈਨੂੰ ਫਲਾਣੀ ਚੀਜ਼ ਦੇ ਦਿਓ, ਦੂਜਾ ਭਾਉ, ਪੁੱਤਰ ਦੇ ਦਿਓ, ਮਕਾਨ ਦੇ ਦਿਓ, ਕੋਈ ਦੁਨੀਆ ਦਾ ਪਦਾਰਥ ਮੰਗਣਾ, ਦੂਜਾ ਭਾਉ, ਅਦਰ ਇੰਟੈਂਸ਼ਨ। ਇੱਕ ਆਪਣੇ ਸਵਾਏ ਆਏ ਬਹਿ ਗੁਰ ਆਗੈ, ਆਪਣੇ ਸਵਾਦ ਪਿੱਛੇ, ਆਪਣੀ ਸੈਲਫਿਸ਼ਨੈਸ ਦੀ ਖੁਦਗਰਜ਼ੀ ਪਿੱਛੇ ਆ ਕੇ ਲੱਗਣਾ, ਬਹਿਣਾ ਬਗਲੇ ਵਕਤ ਸਮਾਧੀ ਲਾ ਕੇ, ਇੱਕ ਆਪਣੇ ਆ ਸਵਾਏ ਆਏ ਬਹਿ ਗੁਰ ਆਗੈ ਜਿਉਂ, ਜਿਵੇਂ ਕਿ ਬਗਲ ਸਮਾਧ ਲਗਾਈਏ, ਪਰ ਅੰਦਰੋਂ ਬਗਲਾ ਕਾਗ ਨੀਚ ਕੀ ਸੰਗਤ ਜਾਏ ਕਰੰਗ ਬਿਖੂ ਮੁਖ ਲਾਈਏ। ਅੱਛਾ, ਫਿਰ ਤੂੰ ਬਾਹਰ ਜਾਏਗਾ, ਫਿਰ ਤੂੰ ਕਾਂ ਬਿਰਤੀਆਂ ਵਾਲੇ ਲੋਕਾਂ ਨਾਲ ਬਹਿ ਜਾਏਗਾ, ਬਗਲਾ ਬਿਰਤੀਆਂ ਵਾਲਿਆਂ ਨਾਲ ਬਹਿ ਜਾਏਗਾ, ਮਨ ਤਾਂ ਤੇਰਾ ਕੁਸੰਗਤ ਹੀ ਕਰਦਾ ਪਿਆ, ਇੱਥੇ ਤਾਂ ਤੂੰ ਬਗਲਾ ਵੱਤ ਆ ਕੇ ਬੈਠਾ ਸੀ। ਹੁਣ ਕਹਿੰਦੇ ਨੇ ਦੇਖ, ਹੋਪ ਹੈ, ਚਾਂਸਿਸ ਹੈ ਕਿ ਨਾਨਕ ਮੇਲ ਮੇਲ ਪ੍ਰਭ ਸੰਗਤ ਮਿਲ ਸੰਗਤ ਹੰਸ ਕਰਾਈਏ। ਸੱਚ ਦੀ ਸੰਗਤ ਨਾਲ ਜੁੜ, ਤੂੰ ਕਾਂ ਤੋਂ, ਬਗਲੇ ਤੋਂ, ਉੱਲੂ ਤੋਂ, ਇਲ ਤੋਂ ਹੰਸ ਬਣ ਸਕਦਾ ਹੈ। ਆਮ ਭੁਲੇਖਾ ਹੈ ਨਾ ਕਿ ਸਾਰੀ ਦੁਨੀਆ 'ਤੇ ਨੂੰਹ ਸੱਸ ਦਾ ਝਗੜਾ ਹੁੰਦਾ, ਉਸ ਭੁਲੇਖੇ ਦੇ ਕਾਰਨ ਉਹ ਅਜਿਹੇ 'ਤੇ ਬਣੀ ਆਈ ਹੈ, ਕਦੇ ਵੀ ਧੀ ਕਿਸੇ ਦੀ ਨੂੰਹ ਜਦੋਂ ਬਣ ਗਈ ਹੈ ਉਹ ਧੀ ਨਹੀਂ ਬਣ ਸਕਦੀ, ਕਦੇ ਵੀ ਨੂੰਹ ਆਪਣੀ ਸੱਸ ਨੂੰ ਮਾਂ ਨਹੀਂ ਸਮਝ ਸਕਦੀ। ਇਸ ਕਰਕੇ ਝਗੜਾ ਸਾਰੀ ਦੁਨੀਆ 'ਤੇ, ਅਮੈਰੀਕਾ ਤੱਕ, ਗੋਰਿਆਂ ਵਿੱਚ ਵੀ, ਸਾਰੀ ਧਰਤੀ 'ਤੇ ਹੀ ਮੁਸੀਬਤ ਪਈ ਹੋਈ ਹੈ। ਲੇਕਿਨ ਗੁਰੂ ਪਾਤਸ਼ਾਹ ਕਹਿੰਦੇ ਨੇ ਸਤਿਗੁਰ ਦੀ ਮੱਤ ਲੈ ਲੈ, ਆਪਣੀ ਸੱਸ ਨੂੰ ਆਪਣੀ ਮਾਂ ਸਮਝ ਲੈਣ।